इस बुलेटिन दे प्रस्तुत करता ने myticketbuyair.com। सत श्री अकाल, देश विदेश विच अपना पंजाब NRI TV चैनल देख रहे दर्शकों दा मैं कमलप्रीत स्वागत करदी हां। सब तो पहला मुख खबरां ते इक नजर। सिख कल्चर सोसाइटी न्यूयॉर्क वालों हर साल की तरह इस साल भी होर संस्थावां दे सहयोग नाल न्यूयॉर्क विखे सिख डे परेड वड्डे पद्धर ते कढ़ी जा रही है, जिस नूं इंडिया समेत पूरी दुनिया च अपना पंजाब NRI TV वालों लाइव किया जाएगा। इस नूं स्पॉन्सर करन लई जां इश्तिहार देन लई सानू संपर्क करो। साडा नंबर है 6318358000। ਪੰਜਾਬ ਦੇ ਨਵੇਂ ਵਜ਼ੀਰਾਂ ਨੂੰ ਲੈ ਕੇ ਨਹੀਂ ਮਿਲ ਰਹੇ ਕੈਪਟਨ ਰਾਹੁਲ ਕਿਸ਼ੋਰ। ਇੱਕ ਵਾਰ ਫਿਰ ਤੋਂ ਸਿੱਧੂ ਦੀ ਗੁਗਲੀ ਤੇ ਟੀਮ ਬੋਲਡ ਹੋਏ ਬਿਲਡਰਸ। ਅਤੇ IMF ਦੀ ਪ੍ਰਮੁੱਖ ਨੇ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਔਰਤਾਂ ਦੇ ਮੁੱਦੇ ਤੇ ਜ਼ਿਆਦਾ ਧਿਆਨ ਦੇਣ। ਹੁਣ ਵਿਸਥਾਰ। ਪੰਜਾਬ ਦੇ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਕਈ ਕਿਆ ਸਾਰੇ ਲਾਏ ਜਾ ਰਹੇ ਹਨ ਤੇ ਇਸ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੁਲਾਕਾਤ ਹੋਈ ਹੈ, ਪਰ ਕੈਪਟਨ ਦੇ ਵਜ਼ੀਰ ਕੌਣ ਹੋਣਗੇ ਇਸ ਨੂੰ ਲੈ ਕੇ ਹਲੇ ਰਾਹੁਲ ਗਾਂਧੀ ਤੇ ਕੈਪਟਨ ਦੇ ਸੁਰ ਨਹੀਂ ਮਿਲ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਕੈਬਨਿਟ ਦੇ ਨਵੇਂ ਮੰਤਰੀ ਚੁਣਨ ਲਈ ਮੁਲਾਕਾਤ ਕਰ ਲਈ ਹੈ, ਪਰ ਉਹਨਾਂ ਦੀ ਇਹ ਮੁਲਾਕਾਤ ਨਾਕਾਫੀ ਰਹੀ। ਕੈਬਨਿਟ ਵਿਸਥਾਰ ਤੇ ਅੱਜ ਭਾਵ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਵਿਚਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਚਕਾਰ 3:30 ਵਜੇ ਮੁੜ ਤੋਂ ਮੀਟਿੰਗ ਹੋਵੇਗੀ। ਨਵੇਂ ਮੰਤਰੀ ਕੌਣ ਹੋਣਗੇ ਇਸ ਬਾਰੇ ਹਾਲੇ ਵੀ ਸਸਪੈਂਸ ਬਰਕਰਾਰ ਹੈ। ਕੱਲ੍ਹ ਕੈਪਟਨ ਨੇ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਇਹਨਾਂ ਸਵਾਲਾਂ ਦਾ ਕੋਈ ਵੀ ਸਿੱਧਾ ਜਵਾਬ ਨਾ ਦਿੱਤਾ ਤੇ ਨਵੇਂ ਮੰਤਰੀ ਕੌਣ ਹੋਣਗੇ, ਕੌਣ ਬਣਾਏ ਜਾਣਗੇ ਤੇ ਕਿੰਨੇ ਮੰਤਰੀ ਹੋਣਗੇ ਇਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਕਰੀਬ 4 ਘੰਟੇ ਚੱਲੀ ਬੈਠਕ ਦੌਰਾਨ ਰਾਹੁਲ ਤੇ ਕੈਪਟਨ ਨੇ ਆਪਣੇ ਨਵੇਂ ਵਜ਼ੀਰਾਂ ਬਾਰੇ ਚਰਚਾ ਕੀਤੀ। ਉਹਨਾਂ ਮੀਟਿੰਗ ਤੋਂ ਬਾਹਰ ਆ ਕੇ ਪੱਤਰਕਾਰਾਂ ਨੂੰ ਕਿਹਾ ਕਿ ਨਵੀਂ ਕੈਬਨਿਟ ਦੀ ਲਿਸਟ ਫਾਈਨਲ ਹੋ ਗਈ ਹੈ, ਹਾਲਾਂਕਿ ਉਹਨਾਂ ਮੰਤਰੀਆਂ ਦੇ ਨਾਂ ਦੱਸਣ ਤੋਂ ਸਾਫ਼ ਨਾ ਕਰ ਦਿੱਤੀ। ਪਰ ਕੈਪਟਨ ਦੀ ਇਹ ਗੱਲ ਕਿੰਨੀ ਕੁ ਸਹੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੇ ਪ੍ਰਧਾਨ ਆਸ਼ਾ ਕੁਮਾਰੀ ਵੀ ਹਾਜ਼ਰ ਰਹੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜ਼ੀਰਕਪੁਰ ਦੇ ਵਿੱਚ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਤੋਂ ਬਾਅਦ ਉਸ ਦੇ ਬਿਲਡਰ ਦੇ ਖਿਲਾਫ ਖੁਦ ਥਾਣੇ ਜਾ ਕੇ FIR ਦਰਜ ਕਰਵਾਈ ਹੈ। ਜ਼ੀਰਕਪੁਰ ਦੇ ਪੀਰ ਮੁਛਲਾ ਖੇਤਰ ਵਿੱਚ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੁਦ ਹੀ ਜ਼ੀਰਕਪੁਰ ਥਾਣੇ ਜਾ ਕੇ ਗੈਰ ਕਾਨੂੰਨੀ ਬਿਲਡਿੰਗ ਦੇ ਨਿਰਮਾਣ ਦੇ ਜ਼ਿੰਮੇਦਾਰ ਬਿਲਡਰ ਖਿਲਾਫ ਕੇਸ ਦਰਜ ਕਰਵਾਇਆ। ਸਿੱਧੂ ਨੇ ਮੌਕੇ ਤੇ ਹਾਜ਼ਰ ਮੋਹਾਲੀ ਦੇ SSP ਕੁਲਦੀਪ ਚਾਹਲ ਨੂੰ ਬਿਲਡਿੰਗ ਸੰਬੰਧੀ ਸਾਰੇ ਕਾਗਜ਼ ਸੌਂਪੇ। ਸਿੱਧੂ ਨੇ ਪੀਰ ਮੁਛੱਲਾ ਵਿਖੇ ਬਿਲਡਿੰਗ ਡਿੱਗਣ ਵਾਲੀ ਜਗ੍ਹਾ ਦਾ ਦੌਰਾ ਵੀ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਿਭਾਗ ਦੇ ਡਾਇਰੈਕਟਰ, ਡੇਰਾਬੱਸੀ ਦੇ SSP, ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੀ ਹਾਜ਼ਰ ਸਨ। ਸਿੱਧੂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ 4 ਮੈਂਬਰੀ ਕਮੇਟੀ ਬਣਾ ਕੇ 7 ਦਿਨਾਂ ਦੇ ਅੰਦਰ ਮੁਕੰਮਲ ਰਿਪੋਰਟ ਮੰਗੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਜਥੇ ਦੇ ਨਾਲ ਪਾਕਿਸਤਾਨ ਗਈ ਇੱਕ ਔਰਤ ਨੇ ਆਪਣਾ ਧਰਮ ਪਰਿਵਰਤਨ ਕਰਕੇ ਉੱਥੇ ਇਸਲਾਮ ਕਬੂਲ ਲਿਆ। ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਈ ਹੁਸ਼ਿਆਰਪੁਰ ਦੀ ਕਿਰਨ ਬਾਲਾ ਵੱਲੋਂ ਧਰਮ ਪਰਿਵਰਤਨ ਕਰਕੇ ਪਾਕਿਸਤਾਨੀ ਸ਼ਖਸ ਨਾਲ ਵਿਆਹ ਕਰਵਾ ਲਿਆ। ਪਰਿਵਾਰ ਨੇ ਇਸ ਨੂੰ ਲੈ ਕੇ ਜਥਾ ਲੈ ਕੇ ਗਈ ਸ਼੍ਰੋਮਣੀ ਕਮੇਟੀ ਉੱਪਰ ਵੀ ਸਵਾਲ ਉਠਾਏ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਕਿਰਨ ਬਾਲਾ ਦੇ ਉੱਥੇ ਜਾ ਕੇ ਵਿਆਹ ਕਰਵਾਉਣ ਵਾਲੇ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ ਕਿ ਜਥੇ ਦੇ ਵਾਪਸ ਆਉਣ ਤੇ ਹੀ ਪੂਰੀ ਸਥਿਤੀ ਸਾਫ਼ ਹੋਵੇਗੀ। ਉਹਨਾਂ ਕਿਹਾ ਕਿ ਸਾਰੇ ਸ਼ਰਧਾਲੂ ਪਾਕਿਸਤਾਨ ਦਰਸ਼ਨ ਕਰਨ ਜਾਂਦੇ ਹਨ। ਜੇਕਰ ਕੋਈ ਕਿਰਨ ਬਾਲਾ ਵਾਂਗ ਮੰਦ ਭਾਵਨਾ ਰੱਖ ਕੇ ਜਾਂਦਾ ਹੈ ਤਾਂ ਇਸ ਲਈ ਕਿਸੇ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ। ਕਿਰਨ ਬਾਲਾ ਦੀ ਪੁਲਿਸ ਜਾਂ ਅੰਬੈਸੀ ਨੂੰ ਸ਼ਿਕਾਇਤ ਕੀਤੇ ਜਾਣ ਬਾਰੇ ਬੇਦੀ ਨੇ ਦੱਸਿਆ ਹੈ ਕਿ ਕੱਲ੍ਹ SGPC ਦੀ ਅੰਤਰਿਮ ਕਮੇਟੀ ਦੀ ਮੀਟਿੰਗ ਹੈ, ਉਸ ਵਿੱਚ ਇਸ ਮੁੱਦੇ ਤੇ ਵਿਚਾਰ ਕਰਨ ਉਪਰੰਤ ਹੀ ਫੈਸਲਾ ਲਿਆ ਜਾਵੇਗਾ। ਫਿਲਹਾਲ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਦੇ ਉਸ ਪਾਰ ਵੀ ਖਬਰਾਂ ਜਾਰੀ ਰਹਿਣਗੀਆਂ। ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ, ਹੁਣ ਤੁਸੀਂ ਹਵਾਈ ਟਿਕਟ ਜਲਦ ਅਤੇ ਸਸਤੀ ਖਰੀਦ ਸਕਦੇ ਹੋ। ਸਾਡੇ ਦਫ਼ਤਰ ਚੰਡੀਗੜ੍ਹ ਅਤੇ ਨਿਊਯਾਰਕ ਦੇ ਵਿੱਚ ਖੁੱਲ੍ਹੇ ਹਨ। ਤੁਸੀਂ ਉੱਥੇ ਸੰਪਰਕ ਕਰੋ ਅਤੇ ਬੁੱਕ ਕਰਾਓ ਆਪਣੀ E-ticket। ਸਾਡਾ ਫੋਨ ਨੰਬਰ ਹੈ 5162743666 ਤੇ ਟੋਲ ਫ੍ਰੀ ਨੰਬਰ ਹੈ 8338177200। ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ। ਮੈਂ ਕਿਹਾ ਕਿੱਥੇ ਹੈ, ਮੈਂ ਤਾਂ ਕੈਨਮ ਦੇ ਗਈ ਸੀ।
ਉਹ ਕੈਨਮ ਕੀ ਕੈਨਮ ਫੋਨ ਪਿਨਲੈਸ ਫੋਨ ਸਰਵਿਸ ਸਾਫ ਸੁਥਰੀ ਆਵਾਜ਼ ਕੋਈ ਵਾਧੂ ਚਾਰਜ ਨਹੀਂ ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਤੇ ਨਾਲੇ 1500 ਮਿੰਟ ਫ੍ਰੀ ਜਿੰਨੀ ਗੱਲ ਕਰੀਏ ਉਨੇ ਹੀ ਪੈਸੇ ਕੱਟਣਗੇ ਜੀ ਹਾਂ ਭਰੋਸੇਯੋਗ ਸਰਵਿਸ ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। IMF ਦੇ ਪ੍ਰਮੁੱਖ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੂੰ ਇਹ ਸੁਝਾਅ ਦਿੱਤਾ ਹੈ ਕਿ ਭਾਰਤ ਦੇ ਵਿੱਚ ਰਹਿ ਰਹੀਆਂ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਜ਼ਰੂਰ ਅਤੇ ਪੂਰੀ ਨਿਗਰਾਨੀ ਦੇ ਨਾਲ ਭਾਰਤ ਦੀ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਭਾਰਤ 'ਚ 8 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਨਿੰਦਿਆ ਕਰਦੇ ਹੋਏ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪ੍ਰਮੁੱਖ ਕ੍ਰਿਸਟੀਨ ਲਗਰਾਡ ਨੇ ਵੀਰਵਾਰ ਨੂੰ ਉਮੀਦ ਜਤਾਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਭਾਰਤੀ ਅਧਿਕਾਰੀ ਇਸ 'ਤੇ ਜ਼ਿਆਦਾ ਧਿਆਨ ਦੇਣਗੇ। ਲਗਰਾਡ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਉੱਤਰ ਪ੍ਰਦੇਸ਼ ਦੇ ਉਨਾਵ 'ਚ ਬਲਾਤਕਾਰ ਦੇ ਮਾਮਲਿਆਂ 'ਤੇ ਪੂਰੇ ਦੇਸ਼ 'ਚ ਨਾਰਾਜ਼ਗੀ ਜਤਾਈ ਜਾ ਰਹੀ ਹੈ। IMF ਦੇ ਪ੍ਰਬੰਧਕ ਨਿਦੇਸ਼ਕ ਨੇ ਕਿਹਾ, ਭਾਰਤ 'ਚ ਜੋ ਕੁਝ ਹੋਇਆ ਉਹ ਬਹੁਤ ਹੀ ਜ਼ਿਆਦਾ ਗਲਤ ਹੈ। ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸ਼ੁਰੂ ਕਰਕੇ ਸਾਰੇ ਭਾਰਤੀ ਅਧਿਕਾਰੀ ਇਸ 'ਤੇ ਜ਼ਿਆਦਾ ਧਿਆਨ ਦੇਣਗੇ ਕਿਉਂਕਿ ਭਾਰਤ 'ਚ ਔਰਤਾਂ ਲਈ ਇਹ ਜ਼ਰੂਰੀ ਹੈ। ਇੱਕ ਪਾਸੇ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ IMF ਦੀ ਪ੍ਰਮੁੱਖ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਉਹਨਾਂ ਦੇ ਇੰਗਲੈਂਡ ਦੇ ਦੌਰੇ ਦੇ ਵਿੱਚ ਮੋਦੀ ਦਾ ਕਾਲੇ ਝੰਡਿਆਂ ਦੇ ਨਾਲ ਸਵਾਗਤ ਕੀਤਾ ਗਿਆ, ਮੋਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਆਪਣੇ ਇੰਗਲੈਂਡ ਸਮੇਤ ਕਈ ਹੋਰ ਦੇਸ਼ਾਂ ਦੇ ਦੌਰੇ ਤੇ ਹਨ, ਪਰ ਇੰਗਲੈਂਡ ਦਾ ਦੌਰਾ ਉਹਨਾਂ ਲਈ ਕਾਫੀ ਸ਼ਨਾਮਤਾ ਨਹੀਂ ਰਿਹਾ, ਬਲਕਿ ਸੈਂਕੜੇ ਭਾਰਤੀਆਂ ਨੇ ਮੋਦੀ ਦੀ ਇਸ ਫੇਰੀ ਦਾ ਵਿਰੋਧ ਕੀਤਾ। ਮੋਦੀ ਦਾ ਲੰਡਨ ਵਿੱਚ ਨਾ ਸਿਰਫ ਸਿੱਖ ਤੇ ਮੁਸਲਮਾਨਾਂ ਬਲਕਿ ਹਿੰਦੂਆਂ ਨੇ ਵੀ ਵਿਰੋਧ ਕੀਤਾ। ਦਰਅਸਲ ਪ੍ਰਦਰਸ਼ਨਕਾਰੀ ਭਾਰਤ ਵਿੱਚ ਇਹਨਾਂ ਦਿਨੀ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟਾ ਰਹੇ ਸਨ। ਮੋਦੀ ਘਰ ਵਾਪਸ ਜਾਓ ਤੇ ਅਸੀਂ ਮੋਦੀ ਤੋਂ ਨਫ਼ਰਤ ਤੇ ਲਾਲਚ ਦੇ ਏਜੰਡੇ ਦੇ ਵਿਰੁੱਧ ਵਰਗੇ ਨਾਰਿਆਂ ਦੀਆਂ ਤਖਤੀਆਂ ਫੜੀਆਂ। ਸੈਂਕੜੇ ਲੋਕਾਂ ਨੇ ਸੰਸਦ ਦੇ ਡਾਊਨਿੰਗ ਸਟਰੀਟ ਵਿੱਚ ਮੋਦੀ ਵਿਰੁੱਧ ਉਸ ਸਮੇਂ ਪ੍ਰਦਰਸ਼ਨ ਕੀਤਾ ਜਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਥਰੇਸਾ ਮੇਅ ਨਾਲ ਵਾਰਤਾਲਾਪ ਕਰ ਰਹੇ ਸਨ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁੰਦਿਓ ਆਗਿਆ, ਸਤਿ ਸ਼੍ਰੀ ਅਕਾਲ। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 5169983222 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000। ਸਿੱਖ ਕਲਚਰ ਸੋਸਾਇਟੀ ਨਿਊਯਾਰਕ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਨਿਊਯਾਰਕ ਵਿਖੇ ਸਿੱਖ ਡੇ ਪਰੇਡ ਵੱਡੇ ਪੱਧਰ ਤੇ ਕੱਢੀ ਜਾ ਰਹੀ ਹੈ, ਜਿਸ ਨੂੰ ਇੰਡੀਆ ਸਮੇਤ ਪੂਰੀ ਦੁਨੀਆ 'ਚ ਆਪਣਾ ਪੰਜਾਬ NRI TV ਵੱਲੋਂ ਲਾਈਵ ਕੀਤਾ ਜਾਵੇਗਾ। ਇਸ ਨੂੰ ਸਪੋਂਸਰ ਕਰਨ ਲਈ ਜਾਂ ਇਸ਼ਤਿਹਾਰ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ ਨੰਬਰ ਹੈ 6318358000।